ਬੱਚਾ ਕਰਿਓ ਬੱਚਾ ਓਹੋ ਹਸੀ ਕਰ ਬਾਬਾ ਜੀ ਕਿਵੇਂ ਯਾਰ ਬੱਚਾ ਵਧੀਆ ਵਧੀਆ ਬਾਈ ਹੋਰ ਸੁਣਾਓ ਠੀਕ ਹੋ ਹਾਂ ਬੱਚਾ ਸੰਤਾਂ ਨੂੰ ਕੁਛ ਭੁੱਖ ਲੱਗੀ ਪਈ ਆ ਬਾਬਾ ਜੀ ਉਹ ਵੀ ਖਵਾਵਾਂਗੇ ਪਰ ਮੇਰੀ ਪਹਿਲਾਂ ਇਹ ਗੱਲ ਦੇਖੋ ਹਾਂ ਬੱਚਾ ਕਿ ਨਾ ਅੱਜ ਜਾਂ ਕੱਲ ਕੱਲ ਜੀ ਮੇਰਾ ਰਿਜ਼ਲਟ ਆ ਹਾਂ ਬੱਚਾ 10ਵੀਂ ਦਾ 12ਵੀਂ ਦਾ ਰਿਜ਼ਲਟ ਆਉਣ ਵਾਲਾ ਹਾਂ ਤੇ ਕੋਈ ਘੈਂਟ ਜੀ ਕਰਾਮਾਤ ਕਰ ਦੋ ਕਿ ਵਧੀਆ ਨੰਬਰ ਆ ਜਾਣ ਤੇਰੇ ਬਾ ਤੇਰੇ ਇਸ ਵਾਰੀ 70% ਆਉਣਗੇ ਅੱਛਾ ਹਾਂ ਬੱਚਾ ਮੰਮੀ ਸੁਣਿਆ ਬਾਬਾ ਜੀ ਨੇ ਕੀ ਕਿਹਾ ਘੈਂਟ ਦੀ ਰੋਟੀ ਬਣਾ ਦੇ ਬਾਬਾ ਜੀ ਨੂੰ ਬਿਲਕੁਲ ਘੈਂਟ ਦੀ ਕਰਦੀ ਬਾ ਠੀਕ ਹੈ ਬਾਬਾ ਜੀ ਕੋਈ ਚੱਕਰ ਨਹੀਂ ਹਾਂ ਹਾਂ ਬੱਚਾ ਤੂੰ ਤਾਂ ਸੰਤਾਂ ਲਈ ਧੰਤਾ ਨਹੀਂ ਕਰਾਈ ਜਾਂਦਾ ਇੰਨਾ ਕੁਛ ਕਰਦਾ ਬੱਚਾ ਬਾਬਾ ਜੀ ਹੋਰ ਦੱਸੋ ਫਿਰ ਹੋਰ ਕੀ ਗੱਲ ਬੱਚਾ ਇਸ ਵਾਰੀ ਤੇਰੇ 85 ਨੰਬਰ ਆਉਣਗੇ ਮੰਮੀ ਘੈਂਟ ਦੇ ਰਸਗੁੱਲੇ ਨਾਲ ਲੈ ਕੇ ਆਈ ਮੈਂ ਰੋਟੀ ਦੇ ਬਿਲਕੁਲ ਘਿਓ ਘਿਓ ਤਾਂ ਤੂੰ ਪਾਉਣਾ ਹੀ ਪਾਉਣਾ ਮੈਨੂੰ ਪਤਾ ਘੈਂਟ ਦੀ ਮੱਖਣੀ ਵੀ ਰੱਖ ਲਈ ਦਾਲਾਂ ਸੌਦੀਆਂ ਵੀ ਐਂਡ ਕਰਦੀ ਬਿਲਕੁਲ ਮੈਂ ਕਹਿੰਦਾ ਸਿਰਾ ਲਾ ਦੀ ਬਾਬਾ ਤੇਰੇ ਜਿੰਨੀਆਂ ਬੱਚਾ ਕਿਸੇ ਨੇ ਸੇਵਾ ਹੀ ਨਹੀਂ ਕੀਤੀ ਹੋਣੀ ਬਾਬਾ ਭਾਈ ਹੋਰ ਦੱਸੋ ਅੱਗੇ ਤੇਰੇ ਬੱਚਾ 96 ਨੰਬਰ ਹੋਣਗੇ 96% ਤੇਰੀ ਮੈਰਿਟ ਲਿਸਟ ਆਊਗੀ ਮੰਮੀ ਬਿਲਕੁਲ ਘੈਂਟ ਦੀ ਸਬਜ਼ੀਆਂ ਤੂੰ ਕਰਨੀ ਕਰਨੀ ਆ ਨਾ ਅਮੂਲ ਦਾ ਬਟਰ ਤੇ ਮਿੱਠੇ ਵਿੱਚ ਰਸਗੁੱਲੇ ਤੇ ਘੈਂਟ ਦਾ ਕੋ ਲੈ ਠੀਕ ਹੈ ਨਾ ਬੇਟੇ ਕਈ ਤਾਂ ਤੂੰ ਬਹੁਤ ਟਾਈਮ ਤੋਂ ਜਾਣਾ ਵਾ ਅੰਦਰੋਂ ਕੋਈ ਆਵਾਜ਼ ਹੀ ਨਹੀਂ ਆਉਂਦੀ ਬਾਬਾ ਜੀ ਗੱਲਾਂ ਦਾ ਕੜਾ ਤੁਸੀਂ ਕਰੀ ਜਾਂਦੇ ਹੋ ਗੱਲਾਂ ਦਾ ਕੜਾ ਮੈਂ ਕਰੀ ਜਾਂਦਾ ਉਹੀ ਗੱਪ ਤੁਸੀਂ ਮਾਰੀ ਜਾਂਦੇ ਉਹੀ ਗੱਪ ਮੈਂ ਮਾਰੀ ਜਾਂਦਾ ਉਹ ਬੇਟੇ ਇਦਾਂ ਨਹੀਂ ਕਹਿੰਦੇ ਤੈਨੂੰ ਸ਼ਰਾਬ ਲੱਗੂਗਾ ਬਾਬਾ ਜਦੋਂ ਮੈਂ ਲਿਖ ਕੇ ਸਿੱਧੂ ਮੂਸੇਵਾਲੇ ਦੇ ਗਾਣੇ 96% ਟੱਟੂ ਹੋਣ ਤੈਨੂੰ ਸੰਤ ਸ਼ਰਾਬ ਲਾਉਣਗੇ ਉਹ ਯਾਰ ਮੇਰੀ ਗੱਲ ਸੁਣ ਹੁਣ ਤੂੰ ਤੂੰ ਚੱਪਲਾਂ ਹੈ ਕਿ ਗਾਲਾਂ ਉਹ ਸੰਤਾਂ ਨੂੰ ਬੱਚਾ ਇਦਾਂ ਨਹੀਂ ਕਹੀਦਾ ਚੱਲ ਦਫਾ ਹੋ ਤੂੰ ਜਲਦੀ ਕੌਣ ਤੱਕ ਵਾ ਦੇ ਚੱਲ 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 ਤੂੰ ਰੁੱਤਾ ਫਿਰਦਾ ਤੂੰ ਇਹ ਠੰਡੀ ਬੜੀ ਲੱਗੀ ਜਾਂਦੀ ਏ ਏਸੀ ਬੰਦ ਕਰ ਦੇਣਾ ਮੈਂ ਵੀ ਫੁੱਦੂ ਹੀ ਆ ਹਾਂ ਓਏ ਤਾਂ ਪ੍ਰਭ ਦਾ ਯਾਰ ਰਿਜ਼ਲਟ ਆਉਣਾ ਸੀ ਪ੍ਰਭ ਹਾਂਜੀ ਪਾਪਾ ਜਲਦੀ ਆਈ ਮੜਾ ਮੇਰੇ ਕਮਰੇ 'ਚ ਆ ਗਿਆ ਪਾਪਾ ਆ ਜਾ ਆ ਜਾ ਬੇਟੇ ਆ ਜਾ ਆ ਗਿਆ ਆ ਗਿਆ ਜਲਦੀ ਆ ਬੈਠ ਇੱਥੇ ਹਾਂਜੀ ਡੈਡੀ ਜੀ ਅੱਜ ਤੇਰਾ ਰਿਜ਼ਲਟ ਆਉਣਾ ਸੀ ਨਾ ਹਾਂਜੀ ਡੈਡੀ ਕਿੰਨੇ ਪਰਸੈਂਟ ਆਏ ਪਾਪਾ ਬਹੁਤ ਬੁਰਾ ਫੀਲ ਲੱਗ ਰਿਹਾ ਹੈ ਕਿੰਨੇ ਪਰਸੈਂਟ ਆਏ ਮੈਨੂੰ ਦੱਸ ਪਹਿਲਾਂ ਪ੍ਰੋਮਿਸ ਕਰੋ ਆਪ ਕੁਛ ਨਹੀਂ ਕਰਾਂਗੇ ਮੈਨੂੰ ਦੱਸ ਦੇ ਮੈਨੂੰ ਗੁੱਸਾ ਨਾ ਚੜਾ ਤੇਰੇ ਕਿੰਨੇ ਪਰਸੈਂਟ ਆਏ ਮੈਨੂੰ ਦੱਸ ਪਹਿਲਾਂ ਪ੍ਰੋਮਿਸ ਕਰੋ ਕੁਛ ਨਹੀਂ ਕਹੋਗੇ ਚੱਲ ਨਹੀਂ ਕਹਿੰਦਾ ਬੇਟੇ ਫਿਰ ਦੱਸੋ ਕਿੰਨੇ ਪਰਸੈਂਟ ਆਏ 93 ਤੈਨੂੰ ਪੜਾਇਆ ਲਿਖਾਇਆ ਇਸੇ ਕਰਕੇ ਤੇਰੀਆਂ ਇੰਨੀਆਂ ਫੀਸਾਂ ਭਰੀਆਂ ਤੇਰੀਆਂ ਚੁੱਪ ਹੋ ਜਾ ਤੇਰੀਆਂ ਇੰਨੀਆਂ ਫੀਸਾਂ ਭਰੀਆਂ ਦਿਨ ਰਾਤ ਇੰਨੀ ਮੈਂ ਮਿਹਨਤ ਕਰਦਾ ਪਾਪਾ ਗਲਤੀ ਹੋ ਗਈ ਪਾਪਾ ਇਸੇ ਕਰਕੇ ਕਰਦਾ ਵਾ ਮੈਂ ਤੇਰੇ 93% ਹੋਣਗੇ ਮੈਰਿਟ ਲਿਸਟ ਵਿੱਚ ਵੀ ਜੇ ਤੂੰ ਆ ਗਿਆ ਠੀਕ ਆ ਕੋਈ ਵੱਡੀ ਗੱਲ ਨਹੀਂ ਕਿ 93% ਪਾਪਾ ਸੌਰੀ ਅਗਲੀ ਵਾਰ ਵਧੀਆ ਲਿਆਉਂਗਾ ਮੇਰਾ ਸਾਰਾ ਨਾਮ ਬਰਬਾਦ ਕਰ ਦੇਣਾ ਇਸ ਮੁੰਡੇ ਨੇ ਸੌਰੀ ਪਾਪਾ ਦਬੋ ਯਾ ਇੱਥੋਂ ਸੌਰੀ ਪਾਪਾ ਗਲਤੀ ਹੋ ਗਈ ਦਬੋ ਯਾ ਇੱਥੋਂ ਇਹਨਾਂ ਨੂੰ ਪੜ੍ਹਾਇਆ ਲਿਖਾਇਆ ਇਸੇ ਕਰਕੇ ਸਾਰੀ ਗਰਮੀ ਲੱਗਣ ਲੱਗ ਗਈ ਏ ਸੀ ਚਲਾ ਲੈਂਦਾ ਮੈਂ ਵੀ ਫੁੱਦੂ ਹੀ ਹਾਂ और यार रिजल्ट आ गया मुझे बहुत डर लग रहा है कैसे हो भाई चलो बाद में बात करता हूं मैंने सुना रिजल्ट आ गया भाई कितने परसेंट आए आपके यार मुझे शर्म आ रही है बताने में भी बताओ यार भाई कुछ नहीं होता 95% मेरे भाई 96% रह गए इस बारी तूने बोला था 80% आएंगे मैंने कब बोला भाई यार चलो छोड़ो आप मेरी बात सुनो हाँ भाई घर वाले आपको बेदखल कर देंगे यार घर वाले बहुत मारेंगे भाई मुझे बोला था 99% चाहिए मैं 95 आए हैं ओनली घर वाले लाते मारेंगे भाई घर वाले बहुत कूटेंगे यार हमको तो मुझे मैं तुमको सलाह देता हूँ उनको भाग जाना चाहिए भाई भाई ऐसे करते हैं चलो भाई हम भाग जाते हैं भाई चलो भाई मिलते हैं भाई हाँ कुत्तिया तू कहता सी तेरे 80% होने तेरे भी 99 आ गए मैं सुना तेरा रिजल्ट आना सी रिजल्ट आ गया आ गया किन्ने परसेंट आए फिर जिन्ने तुसी नंबर कहे सी ना हाँ उस तो बाद ही आया अच्छा किन्ने आए दिखा फिर ਨੰਬਰ ਆਪਣੇ ਆਇਆ 35% ਤੇ ਇੱਕ ਜੋ ਕੰਪਾਰਟਮੈਂਟ ਉਹ ਵੀ ਛੇਤੀ ਛੇਤੀ ਕਲੀਅਰ ਕਰ ਹੀ ਦੇਣੀ ਆਪਾਂ ਬਾਕੀ ਪਾਸ ਹਾਂ ਪਾਸ ਹਾਂ ਠੀਕ ਆ ਹੁਣ ਮੇਰੀ ਸ਼ਰਤ ਅਨੁਸਾਰ ਮੇਰੀ ਬੋਲਟ ਦੀ ਚਾਬੀ ਇੱਥੇ ਰੱਖ ਦਿਓ ਪਾਸ ਆ ਮੈਂ ਆ ਚੱਕ ਬੋਲਟ ਦੀ ਚਾਬੀ ਫਿਰ ਜਿੰਨੇ ਮਰਜ਼ੀ ਕਿਹੜੇ ਕੱਢ ਬਾਪੂ ਤੁਹਾਨੂੰ ਪਤਾ ਠੀਕ ਆ ਉਸ ਦਾ ਆਪਾਂ ਹੀ ਹੋ ਜੀਦਾ ਹਾਂ ਇੱਕ ਓਂਕਾਰ ਸਤਨਾਮ
ਗੁਰਦੁਆਰੇ ਜਾ ਆਉਣਾ ਚੱਲ ਠੀਕ ਆ ਮੇਅਰ ਪਾਸ ਹੋ ਜਾਵੇ ਚੱਲ 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 मेनू की पता हूं बोर्ड वाले ने कढ़ता रिजल्ट कल आना अज नहीं आना रब्बा थोड़ा टाइम रह गया रिजल्ट बस होने वाला मेरा वीर बन के ना सिर्फ इस बारी सिर्फ यार मेरा वीर बन के इस बारी वधिया रिजल्ट ले आई यार 3 2 1 अब्बा रिजल्ट लेके उन्होंने क्या सीगा मामा दी कॉल दी हेलो हाँ मामा हेलो बेटे किवें है रिजल्ट आ गया टूटा और रिजल्ट दा की बनना सीगा यार हुणे हुणे रिजल्ट आया ठीक है मैं वेबसाइट खोल दी नाल दी नाल तेरा यार फोन आ गया विच ओहो चल कोई ना खोल ले यार चेक कर ला हाँ यार हाँ फोन कर ठीक है मैं तुम दस दा ओए हाँ हाँ दस दिना यार हेलो हाँ मामा दस हेलो बेटे दस की बने रिजल्ट दा जल्दी ओ भरावा 2 सेकंड पहला तेरा मैं फोन कट्टा यार ਅਏ 2 ਸਕਿੰਟ ਨਹੀਂ 5 ਸਕਿੰਟ ਹੋ ਗਿਆ ਲੈ ਹੁਣ 6 7 8 8 ਸਕਿੰਟ 9 10 ਸਕਿੰਟ ਹੋ ਗਿਆ ਮਾਮਾ ਯਾਰ ਮਾਮਾ ਗੱਲ ਸੁਣ ਓਏ ਕੋਈ ਕੰਮ ਕਰ ਲੈ ਕਰ ਭਰਾਵਾ ਯਾਰ ਤੂੰ ਓਏ ਬਿੱਟੀ ਮੇਰਾ ਕੰਮ ਹੀ ਆ ਇਹ ਥੋੜੇ ਵਰਗੇ ਨੂੰ ਤੰਗ ਕਰਨਾ ਓ ਜਾ ਯਾਰ ਮੇਰੇ ਪਿਓ ਦਾ ਸਾਲਾ ਓਏ ਬਿੱਟੀ ਬਿੱਟੀ ਦੱਸ ਦੇ ਦੰਦਾ ਓਏ ਕੰਮ ਨਹੀਂ ਕਰਨ ਦੇ ਹੋ ਗਿਆ ਫੇਲ ਹੁਣ ਹੱਸਦਾ ਕੀ ਆ ਡੈਡੀ ਜੀ ਹਾਂ मैं कला नहीं फेल होया मेरे नाल होर बहुत जाने फेल होए ने कौन कौन दस जेड़ा शर्मा डॉक्टर सीगा हाँ उंदा मुंडा भी फेल है अच्छा ते जेड़ा वो वकील सीगा बंसल उंदा मुंडा भी फेल ते जेड़ा एक अपना एक होर सीगा जेड़ा शर्म नहीं गुप्ता गुप्ता जेड़ा अपना पढ़ाउंदा सी मास्टर टीचर उंदा मुंडा भी फेल है उन्हां तो मैं की लेना तू आपदा दस ਓਏ ਤੂੰ ਕਿਹੜਾ ਜੱਜ ਲੱਗਿਆ ਤੇਰਾ ਮੁੰਡਾ ਵੀ ਫੇਲ ਹੀ ਹੋਇਆ ਗੱਲ ਤਾਂ ਸੁਣ ਮੇਰੀ ਹਾਂ ਦੇਖ ਤਾਂ ਲਿਆ ਅਗਰ ਬਾਪੂ ਹੁਣ ਮੇਰੀ ਗੱਲ ਸੁਣ ਲੈ ਬੋਲ ਬੋਲ ਉਹੀ ਇਕੱਲੇ ਨਹੀਂ ਫੇਲ ਹੋਏ ਹੋਰ ਵੀ ਬਹੁਤ ਜਾਣੇ ਫੇਲ ਹੋਏ ਆ ਜਲਦੀ ਦੱਸ ਕੌਣ ਕੌਣ ਫੇਲ ਹੋਇਆ ਸੁਖਚੈਨ ਦਾ ਮੁੰਡਾ ਫੇਲ ਹੋਇਆ ਪ੍ਰੀਤਮ ਦਾ ਪੋਤਾ ਫੇਲ ਹੋਇਆ ਉਹ ਸ਼ਬੇਗ ਤੇ ਰਣਜੀਤ ਸਿੰਘ ਨਹੀਂ ਹਾਂ ਉਹਨਾਂ ਦਾ ਭਤੀਜਾ ਫੇਲ ਹੋਇਆ ਤੇ ਉਹ ਜਿਹੜੇ ਉਹ ਪ੍ਰਧਾਨ ਸਿੰਘ ਤੇ ਸੁਖਵਿੰਦਰ ਸਿੰਘ ਆ ਉਹਨਾਂ ਦਾ ਭਾਣਜਾ ਫੇਲ ਹੋਇਆ ਸੁਖਚੈਨ ਤਾਂ ਮੈਂ ਓਏ ਪ੍ਰਧਾਨ ਤੇਰਾ ਮਮਾ ਰਿਸ਼ਤੇਦਾਰ ਨਹੀਂ ਕਰਾਈ ਜਾਣਾ ਸੋਰੀ ਬਾਪੂ ਅੱਗੇ ਨਾ ਨਹੀਂ ਅੱਗੇ ਚਾ ਪੱਕਾ ਚਾ ਪੱਕਾ ਮਾਰੂਗਾ ਪੜੇਗਾ ਤੂੰ ਵੱਡਾ ਆ ਬੀਬੀ ਪੜਦੇ ਨਹੀਂ ਅੱਜ ਕੱਲ ਤਾਂ ਓਏ ਭਰਾਵਾ ਕੀ ਹੋਇਆ ਤੂੰ ਘਬਰਾਇਆ ਫਿਰਦਾ ਰਿਜ਼ਲਟ ਆ ਗਿਆ ਤੈਨੂੰ ਪਤਾ ਨਹੀਂਗਾ ਲੈ ਦੇਖ ਇੱਧਰ ਮੈਂ ਦੇਖਦਾ ਇੱਕ ਮਿੰਟ ਖੜ ਦੇਖ ਤੇਰੀ ਕੀ ਹੋਇਆ ਫੇਲ ਹੋ ਗਿਆ ਮੈਂ ਤਾਂ ਯਾਰ ਓ ਮੈਨੂੰ ਦੇਖਣ ਦੇ ਆਪਦਾ ਓ ਥੋੜੀ ਓਏ ਮੈਂ ਵੀ ਫੇਲ ਹੋ ਗਿਆ ਓ ਘਰ ਦੇ ਕੁੱਟਣ ਗਏ ਓਏ ਕਿਹੜੀ ਸਣ ਗਏ ਮੈਨੂੰ ਤਾਂ ਯਾਰ ਓ ਹੁਣ ਅੱਗੇ ਹੀ ਕਰਨ ਓ ਮੈਂ ਤੂੰ ਆਦਾ ਓਏ ਮੈਨੂੰ ਕੋਈ ਟੈਨਸ਼ਨ ਨਹੀਂ ਗੀ ਵੀਰੇ ਮੈਨੂੰ ਜਮਾ ਟੈਨਸ਼ਨ ਨਹੀਂ ਗੀ ਕਿਉਂ ਤੂੰ ਅੱਗੇ ਹੀ ਕਰੇਂਗਾ ਫਿਰ ਓਏ ਬ੍ਰਦਰ ਯੂ ਨੋ ਮਾਈ ਡੈਡ ਹੈਜ਼ ਅ ਵੈਰੀ ਬਿਗ ਬਿਜ਼ਨਸ ਹੀ ਇਜ਼ ਅ ਹੌਕਰ many 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 people are buying vegetables from us that's why i have no worry about main samjhi teri gall matlab tu aade daddy naal sabzi mandi ready lawayega ha yaar chal saala oh gall suni yaar ha aade daddy nu keh ke mainu vi rakhala sabzi mandi ch oh ja baba pachni yaar bhai banya mera ta pata nahi ke halle tenu aadi pai bhai bina pachni yaar देख यार
ਕਿ ਸਿਆਣੇ ਕੋਲ ਚੱਲਦੇ ਆ ਜਾ ਹਾਂ ਉਹ ਹੁੰਦਾ ਸਿਆਣਾ ਉਹਨੂੰ ਪੁੱਛਦੇ ਆ ਚੱਲ ਆ ਓਏ ਰਿਜ਼ਲਟ ਕੱਢ ਕੇ ਦੇ ਸਾਡਾ ਫਟਾਫਟ 12ਵੀਂ ਦਾ ਹਾਂ ਮੈਂ ਸੁਣਿਆ ਜਾ ਕੇ ਕੱਢੀ ਯਾਰ ਛੇਤੀ ਛੇਤੀ ਕਿਆ ਰੋਲ ਨੰਬਰ ਦੱਸ ਆਪਦਾ ਰੋਲ ਨੰਬਰ ਯਾਰ guys।